thank you ਸਵਾਗਤ ਹੈ ਜੀ ਤੁਹਾਡਾ ਅੱਜ ਦੇ ਇਸ ਵੀਡੀਓ ਦੇ ਵਿੱਚ ਹਾਂਜੀ ਕਿਵੇਂ ਹੋ ਤੁਸੀਂ ਸਾਰੇ ਮੈਂ ਉਮੀਦ ਕਰਦੀ ਹਾਂ ਤੁਸੀਂ ਸਾਰੇ ਠੀਕ ਹੋਵੋਗੇ ਆਪਾਂ ਹਾਜ਼ਰਾਂ ਜੀ ਈਟੀਟੀ ਐਡਮਿਸ਼ਨ ਦੇ ਰਿਲੇਟਿਡ ਇੱਕ ਨਵੀਂ ਵੀਡੀਓ ਲੈ ਕੇ ਅੱਜ ਦੀ ਇਹ ਵੀਡੀਓ ਉਹਨਾਂ ਸਾਰੇ ਸਟੂਡੈਂਟਸ ਦੇ ਲਈ ਬਹੁਤ ਜ਼ਿਆਦਾ ਇੰਪੋਰਟੈਂਟ ਹੈ ਜਿਨ੍ਹਾਂ ਨੇ ਈਟੀਟੀ ਦੇ ਵਿੱਚ ਜਿਹੜੀ ਐਡਮਿਸ਼ਨ ਅਪਲਾਈ ਕਰਨੀ ਹੈ ਠੀਕ ਹੈ ਕਿਸ ਤਰ੍ਹਾਂ ਦਾ ਪੇਪਰ ਹੋਏਗਾ ਤੇ ਕਿੰਨੇ ਨੰਬਰ ਤੁਹਾਨੂੰ ਜਿਹੜੇ ਨੇ ਜ਼ਰੂਰੀ ਚਾਹੀਦੇ ਨੇ ਤੇ ਕਦੋਂ ਐਗਜ਼ਾਮ ਹੋਏਗਾ ਕੀ ਸਿਲੇਬਸ ਹੈ ਕੀ ਪੈਟਰਨ ਹੈ ਕਿੱਥੋਂ ਤੁਸੀਂ ਤਿਆਰੀ ਕਰ ਸਕਦੇ ਹੋ ਕਿਸ ਤਰ੍ਹਾਂ ਤੁਸੀਂ ਜਿਹੜਾ ਵਧੀਆ ਮਾਰਕਸ ਇਸ ਪੇਪਰ ਦੇ ਵਿੱਚੋਂ ਗੇਨ ਕਰ ਸਕਦੇ ਹੋ ਬਿਲ ਤੁਹਾਡੇ ਨਾਲ ਇਸ ਵੀਡੀਓ ਦੇ ਵਿੱਚ ਸਾਂਝੀ ਕਰਨ ਵਾਲਿਆ ਤਾਂ ਆਓ ਸਟਾਰਟ ਕਰਦੇ ਹਾਂ ਜੀ ਅੱਜ ਦੀ ਵੀਡੀਓ ਸਭ ਪਹਿਲਾਂ ਆਪਾਂ ਗੱਲ ਕਰ ਲਈਏ ਜੀ ਕੁਆਲਿਫਿਕੇਸ਼ਨ ਦੀ ਸਭ ਤੋਂ ਪਹਿਲਾਂ ਆਪਾਂ ਗੱਲ ਕਰ ਲਈਏ ਜੀ ਐਲੀਜੀਬਿਲਟੀ ਦੀ ਠੀਕ ਹੈ ਈਟੀਟੀ ਦੇ ਵਿੱਚ ਐਡਮਿਸ਼ਨ ਦੇ ਲਈ ਤੁਹਾਡੇ ਕੋਲ ਕੀ ਐਲੀਜੀਬਿਲਟੀ ਹੋਣੀ ਚਾਹੀਦੀ ਹੈ ਤਾਂ ਤੁਹਾਡੇ ਕੋਲ ਜਿਹੜੀ ਗ੍ਰੈਜੂਏਸ਼ਨ ਹੋਣੀ ਚਾਹੀਦੀ ਹੈ 2023 ਤੋਂ ਪਹਿਲਾਂ ਜਿੰਨੇ ਵੀ ਬੈਚ ਸੀਗੇ ਈਟੀਟੀ ਦੇ ਵਿੱਚ ਉਸ ਦੇ ਵਿੱਚ ਜਿਹੜੀ ਗ੍ਰੈਜੂਏਸ਼ਨ ਕੰਪਲਸਰੀ ਨਹੀਂ ਸੀ ਲੇਕਿਨ ਹੁਣ ਜਿਹੜਾ ਐਡਮਿਸ਼ਨ ਸਟਾਰਟ ਹੋਣ ਜਾ ਰਹੀਆਂ ਨੇ ਉਹਨਾਂ ਦੇ ਵਿੱਚ ਜਿਹੜੀ ਬੀਏ ਆ ਕੰਪਲਸਰੀ ਹੈ ਠੀਕ ਹੈ ਜੇਕਰ ਤੁਹਾਡੇ ਕੋਲ ਗ੍ਰੈਜੂਏਸ਼ਨ ਹੈ ਤਾਂ ਹੀ ਤੁਸੀਂ ਇਸ ਦੇ ਵਿੱਚ ਅਪਲਾਈ ਕਰ ਸਕਦੇ ਹੋ ਉਸ ਤੋਂ ਬਾਅਦ ਦੇਖੋ ਮੈਰਿਟ ਕਿਵੇਂ ਬਣੇਗੀ ਤਾਂ ਦੇਖੋ ਇਸ ਦੇ ਲਈ ਇੱਕ ਐਗਜ਼ਾਮ ਕੰਡਕਟ ਕਰਾਇਆ ਜਾਏਗਾ ਜਿਸ ਦਾ ਨਾਮ ਹੈਗਾ ਜੀ ਸੀ ای ਟੇ ਠੀਕ ਹੈ ਗੱਲ ਕਰ ਲਈਏ ਕਿ ਇਹ ਜਿਹੜਾ CET ਹੈ ਇਹ ਕਦੋਂ ਕੰਡਕਟ ਕਰਾਇਆ ਜਾਏਗਾ ਤਾਂ ਇਹ ਹੋਏਗਾ ਜੀ ਜੁਲਾਈ ਦੇ ਲਾਸਟ ਵੀਕ ਠੀਕ ਹੈ ਜੁਲਾਈ ਦੇ ਅਖੀਰਲੇ ਹਫਤੇ ਇਹ ਜਿਹੜਾ ਕੰਡਕਟ ਕਰਾਇਆ ਜਾਏਗਾ ਇਸ ਦੇ ਨਾਲ ਇੱਕ ਗੱਲ ਹੋਰ ਧਿਆਨ ਰੱਖਣਾ ਕਿ ਜਿਹੜੀ ਗ੍ਰੈਜੂਏਸ਼ਨ ਤੁਹਾਡੇ ਕੋਲ ਹੋਣੀ ਚਾਹੀਦੀ ਹੈ ਉਹ ਜਨਰਲ ਕੈਟਾਗਰੀ ਦੇ ਲਈ ਘੱਟੋ-ਘੱਟ 50 ਮਾਰਕਸ ਤੁਹਾਡੇ ਕੋਲ ਗ੍ਰੈਜੂਏਸ਼ਨ ਦੇ ਵਿੱਚ ਹੋਣੇ ਚਾਹੀਦੇ ਨੇ ਤੇ ਜਿਹੜੇ ਹੈਗੇ ਨੇ ਜੀ SC/ST ਕੈਟਾਗਰੀ ਉਹਨਾਂ ਦੇ ਘੱਟੋ-ਘੱਟ 45 ਜਿਹੜੇ ਪਰਸੈਂਟ ਮਾਰਕਸ ਨੇ ਉਹ ਹੋਣੇ ਚਾਹੀਦੇ ਨੇ ਠੀਕ ਹੈ ਤਾਂ ਹੀ ਤੁਸੀਂ ਇਸ ਦੇ ਵਿੱਚ ਅਪਲਾਈ ਕਰ ਸਕਦੇ ਹੋ ਤੇ ਜਿਹੜੇ SC/ST ਨੇ ਵੀ ਮਿਲੇਗੀ ਨੈਕਸਟ ਗੱਲ ਕਰੀਏ ਆਪਾਂ ਅਪਲੀਕੇਸ਼ਨ ਫੀਸ ਦੀ ਤਾਂ ਜਨਰਲ ਕੈਟਾਗਰੀ ਦੇ ਲਈ ਹੋएगी ਜੀ 600 ਰੁਪਏ ਤੇ ਐਸਸੀ ਐਸਟੀ ਹੈਂਡੀਕੈਪਡ ਕੋਟੇ ਦੀ ਜਿਹੜੀ ਗੱਲ ਕਰੀਏ ਤਾਂ ਉਹਨਾਂ ਦੀ ਫੀਸ ਹੋਏਗੀ ਜੀ 300 ਰੁਪਏ ਠੀਕ ਹੈ ਜੀ ਇਹ ਹੈਗੀ ਹੈ ਜੀ ਅਪਲੀਕੇਸ਼ਨ ਫੀਸ ਹੁਣ ਆਪਾਂ ਗੱਲ ਕਰੀਏ ਕਿ ਪੇਪਰ ਦੇ ਵਿੱਚ ਕਿਹੜੇ-ਕਿਹੜੇ ਸਬਜੈਕਟ ਦੇ ਰਿਲੇਟਿਡ ਕੁਐਸ਼ਨ ਪੁੱਛੇ ਜਾਣਗੇ ਤਾਂ ਤੁਸੀਂ ਸਕਰੀਨ ਤੇ ਦੇਖ ਸਕਦੇ ਹੋ 150 ਐਮਸੀਕਿਊ ਤੁਹਾਡੇ ਕੋਲ ਜਿਹੜੇ ਨੇ ਉਹ ਹੋਣਗੇ ਠੀਕ ਹੈ ਜੀ ਕਿਹੜੇ-ਕਿਹੜੇ ਸਬਜੈਕਟ ਨੇ ਸਭ ਤੋਂ ਪਹਿਲਾਂ ਹੈਗੀ ਜੀ ਜੀਕੇ ਜਿਹੜੀ ਕਿ ਆਏਗੀ 15 ਨੰ ਦੈਨ ਉਸ ਤੋਂ ਬਾਅਦ ਹੈ ਮੈਂਟਲ ਐਬਿਲਿਟੀ 15 ਨੰਬਰ ਦੀ ਟੀਚਿੰਗ ਪੋਟੈਂਸ਼ੀਅਲ 15 ਨੰਬਰ ਦੇ ਪੰਜਾਬੀ ਹੈਗੇ ਜੀ 20 ਨੰਬਰ ਦੀ ਹਿੰਦੀ ਵੀ 20 ਨੰਬਰ ਦੀ ਹੈ ਤੇ ਇੰਗਲਿਸ਼ ਵੀ ਆਪਣੇ ਕੋਲ ਜਿਹੜੀ ਹੈ 20 ਨੰਬਰ ਦੀ ਹੈ ਨੈਕਸਟ ਤਿੰਨ ਸਬਜੈਕਟ ਜਿਹੜੇ ਨੇ ਮੈਥ ਹੋ ਗਿਆ ਐਸਐਸਟੀ ਨੈਚੁਰਲ ਸਾਇੰਸ ਇਹ ਤਿੰਨੋਂ 15-15 ਮਾਰਕਸ ਦੇਣੇ ਤਾਂ ਟੋਟਲ ਤੁਹਾਡੇ ਕੋਲ ਜਿਹੜੇ ਨੇ 150 ਐਮਸੀਕਿਊ ਜਿਹੜੇ ਨੇ ਤੁਹਾਨੂੰ ਦੇਖਣ ਨੂੰ ਮਿਲਣਗੇ ਇਸ ਦੇ ਬੇਸ ਤੇ ਹੀ ਜਿਹੜੀ ਮੈਰਿਟ ਤਿਆਰ ਕੀਤੀ ਜਾਏਗੀ ਇਹ ਹੈਗਾ ਸੀ ਜੀ ਪੇਪਰ ਦਾ ਸਟਰਕਚਰ ਕਿ ਕਿਹੜੇ-ਕਿਹੜੇ ਸਬਜੈਕਟ ਹੋਣਗੇ ਨੈਕਸਟ ਆਪ ਜੈਕਟ ਨੇ 150 ਨੰਬਰ ਦਾ ਪੇਪਰ ਹੈ ਸਭ ਤੋਂ ਪਹਿਲਾਂ ਆਏਗੀ ਜੀ ਜੀ ਕੇ ਜੀ ਕੇ ਦੇ ਵਿੱਚ ਹੈਗੇ ਨੇ ਜੀ ਤੁਹਾਡੇ ਕੋਲ 11 ਪਾਰਟ ਜਿਸ ਦੇ ਵਿੱਚ ਹੈ கரنٹ ਅਫੇਅਰ ਜੀਓਗ੍ਰਾਫੀ ਕਲਚਰ ਆਫ ਪੰਜਾਬ ਸਿੱਖ ਗੁਰੂ ਠੀਕ ਹੈ ਜੀਫੀ ਤੇ ਹਿਸਟਰੀ ਹੋ ਗਈ ਠੀਕ ਹੈ ਸਿੱਖ ਗੁਰੂਆਂ ਬਾਰੇ ਹੋ ਗਿਆ ਬੰਦਾ ਬਹਾਦਰ ਹੋ ਗਿਆ ਸਿੱਖ ਮਿਸਲਾਂ ਹੋ ਗਈਆਂ ਇਹ ਸਾਰੇ ਸਾਰੇ ਟੌਪਿਕਸ ਤੁਸੀਂ 9th ਐਂਡ 10th ਕਲਾਸ ਦੀ ਬੁੱਕਸ ਦੇ ਵਿੱਚੋਂ ਕਰਨੇ ਨੇ ਠੀਕ ਹੈ ਇਹ ਉੱਥੇ ਜਿਹੜੇ ਨੇ ਬਹੁਤ ਵਧੀਆ ਤਰੀਕੇ ਨਾਲ ਤੁਹਾਡੇ ਕਵਰ ਹੋ ਜਾਣਗੇ ਦੇਖੋ கரنٹ ਅਫੇਅਰ ਪਿਛਲੇ 6 ਮਹੀਨਿਆਂ ਦੇ ਤੁਸੀਂ ਕਵਰ ਕਰ ਲਿਓ ਠੀਕ ਹੈ ਬਿਲਕੁਲ ਮੈਂ ਸੈਕਸ਼ਨ ਦੇ ਵਿੱਚ ਜਰੂਰ ਮੈਂ ਚੱਪਾ ਜਿਹੜੇ ਬਿਲਕੁਲ ਟਾਪ ਦੇ ਐਮਸੀਕਿਊ ਲੈ ਕੇ ਹਾਜ਼ਰ ਹੋਵਾਂਗੇ ਠੀਕ ਹੈ ਨੈਕਸਟ ਆਪਾਂ ਗਈ ਹੱਲ ਕਰੀਏ ਜਨਰਲ 멘ਟਲ ਐਬਿਲਿਟੀ ਇਹ ਹੋਏਗੀ ਜੀ 15 ਨੰਬਰ ਦੀ ਠੀਕ ਹੈ ਜੀ 15 ਨੰਬਰ ਦੀ ਇਹਦੇ ਲਈ ਤੁਸੀਂ ਇੱਕ ਲੂਸਨ ਦੀ ਬਿਲਕੁਲ ਪਤਲੀ ਜੀ ਬੁੱਕ ਆਉਂਦੀ ਆ ਉਸ ਦੇ ਵਿੱਚੋਂ ਇਹ ਤੁਸੀਂ ਜਿਹੜੀ ਹੈ ਕਵਰ ਕਰ ਸਕਦੇ ਹੋ ਠੀਕ ਹੈ ਥਰਡ ਹੈਗਾ ਜੀ ਟੀਚਿੰਗ ਪੋਟੈਂਸ਼ੀਅਲ ਟੈਸਟ ਇਹ ਦੇਖੋ ਤੁਹਾਨੂੰ ਈਟੀਟੀ ਦੀ ਬੁੱਕਸ ਦੇ ਵਿੱਚੋਂ ਕਵਰ ਕਰਨਾ ਪਊਗਾ ਈਟੀਟੀ ਦੀ ਜਿਹੜੀਆਂ ਬੁੱਕਸ ਨੇ ਉਹਨਾਂ ਦੇ ਵਿੱਚ ਇਹ ਸਾਰੇ ਮਟੀਰੀਅਲ ਈਟੀਟੀ ਦੀਆਂ ਜਿਹੜੀਆਂ ਬੁੱਕਸ ਨੇ ਉਹਨਾਂ ਦੇ ਵਿੱਚ ਇਹ ਸਾਰੇ ਟੌਪਿਕ ਜਿਹੜੇ ਨੇ ਬ ਬਹੁਤ ਵਧੀਆ ਤਰੀਕੇ ਨਾਲ ਕਵਰ ਕੀਤੇ ਗਏ ਨੇ ਠੀਕ ਹੈ ਤੁਸੀਂ ਇਹਨਾਂ ਨੂੰ ਵੀ ਪੜ੍ਹ ਸਕਦੇ ਹੋ ਉੱਥੋਂ ਜੇਕਰ ਤੁਸੀਂ ਡਿਮਾਂਡ ਕਰੋਗੇ ਤਾਂ ਤੁਹਾਡੇ ਲਈ ਇਸ ਦੇ ਰਿਲੇਟਡ ਜਿਹੜੀਆਂ ਅਲੱਗ ਤੋਂ ਬਿਲਕੁਲ ਸੀਰੀਜ਼ ਵਾਈਜ਼ ਕਲਾਸਿਸ ਵੀ ਸਟਾਰਟ ਕਰ ਦਿੱਤੀਆਂ ਜਾਣਗੀਆਂ ਨੈਕਸਟ ਆਪਾਂ ਗੱਲ ਕਰ ਲਈਏ ਪਾਰਟ B ਦੀ ਜਿਸ ਦੇ ਵਿੱਚ ਹੈਗਾ ਜੀ ਪੰਜਾਬੀ ਇਹ ਆਏਗੀ ਆਪਣੇ ਕੋਲ 20 ਨੰਬਰ ਦੀ ਜਿਸ ਦੇ ਵਿੱਚ 10 ਸਬ ਟਾਪਿਕ ਨੇ ਇਹ ਜਿਹੜੀਆਂ ਤੁਸੀਂ ਬਿਲਕੁਲ 10th ਲੈਵਲ ਦੀ ਜਿਹੜੀ ਕਵਰ ਕਰ ਲਓ ਸਫੀਸ਼ੀਐਂਟ ਹੋਏਗੀ ਨੈਕਸਟ ਆਪਣੇ ਕੋਲ ਹਿੰਦੀ ਪੰਜਾਬੀ ਤਾਂ ਐਸੇ ਤਰ੍ਹਾਂ ATT ਦੇ ਵਿੱਚ ਵੀ ਹੈਗੀ ਆ ਬਾਕੀ ਤੁਸੀਂ 10th 2 ਲੈਵਲ ਤੱਕ ਦੀ ਕਵਰ ਕਰ ਸਕੋ ਤਾਂ ਇਹਦੇ ਵਿੱਚੋਂ ਵੀ ਜਿਹੜਾ ਟਾਪਿਕ ਜਿਹੜੇ ਨੇ ਜਿੰਨੇ ਵੀ ਹੈਗੇ ਨੇ ਕਵਰ ਹੋ ਜਾਣਗੇ ਠੀਕ ਹੈ ਤਾਂ ਆਪਾਂ ਅੱਗੇ ਗੱਲ ਕਰੀਏ ਇੰਗਲਿਸ਼ 20 ਨੰਬਰ ਦੀ ਤਾਂ ਇਹ ਦੇਖੋ ਇਹ ਤੁਹਾਡੇ ਤੇ ਹੈ ਕਿ ਤੁਸੀਂ ਇਹਨੂੰ ਕਿੱਥੋਂ ਕਵਰ ਕਰਨਾ ਚਾਹੁੰਦੇ ਹੋ ਕਿਉਂਕਿ ਇਹ ਜਿਹੜੇ ਬਿਲਕੁਲ ਬੇਸਿਕ ਜਿਹ ਟਾਪਿਕ ਨੇ ਇਹ ਚਾਹੇ ਇਹ ਚਾਹੇ ਤਾਂ ਤੁਸੀਂ ਕਿਸੇ ਵੀ ਗ੍ਰਾਮਰ ਦੀ ਬੁੱਕ ਦੇ ਵਿੱਚੋਂ ਕਵਰ ਕਰ ਸਕਦੇ ਹੋ ਜਾਂ ਫਿਰ ਜੇ ਕੋਈ ਵੀ ਤੁਹਾਨੂੰ ਜੇਕਰ YouTube ਚੈਨਲ ਵਧੀਆ ਲੱਗਦਾ ਹੈ ਜਿੱਥੇ ਤੁਹਾਨੂੰ ਵਧੀਆ ਤਰੀਕੇ ਨਾਲ ਸਮਝ ਆਉਂਦੀ ਹੈ ਤੁਸੀਂ ਉੱਥੋਂ ਵੀ ਇਸ ਨੂੰ ਜਿਹੜਾ ਉਹ ਕਵਰ ਕਰ ਸਕਦੇ ਹੋ ਠੀਕ ਹੈ ਤਾਂ ਉਸ ਤੋਂ ਬਾਅਦ ਅੱਗੇ ਆਪਾਂ ਗੱਲ ਕਰੀਏ ਮੈਥ ਦੀ ਮੈਥ ਦੇ ਵਿੱਚ 15 15 ਨੰਬਰ ਦਾ ਮੈਥ ਤੁ ਗੇ ਐਵਰੇਜ ਹੋਗੇ ਪਰਸੈਂਟੇਜ ਹੋਗੇ ਠੀਕ ਹੈ ਸਪੀਡ ਟਾਈਮ ਡਿਸਟੈਂਸ ਹੋ ਗਿਆ ਇਹ ਕੋਈ ਐ ਨਹੀਂ ਹੈਗਾ ਵੀ ਕਾਫੀ ਜਿਆਦਾ ਹਾਈ ਲੈਵਲ ਦੇ ਹੋਣਗੇ ਬਿਲਕੁਲ ਐਂ ਕਹਿ ਲਓ ਵੀ 10th ਪਲੱਸ ਲੈਵਲ ਤੱਕ ਦੇ ਜਿਹੜੇ ਤੁਹਾਨੂੰ ਨੇ ਕੁਐਸਚਨ ਦੇਖਣ ਨੂੰ ਮਿਲਣਗੇ ਠੀਕ ਹੈ ਇਹ ਵੀ ਤੁਸੀਂ ਕਿਸੇ ਵੀ ਕੰਪੀਟੀਟਿਵ ਐਗਜ਼ਾਮਸ ਦੇ ਬੁੱਕ ਦੇ ਵਿੱਚੋਂ ਵੀ ਤੁਸੀਂ ਕਵਰ ਕਰ ਸਕਦੇ ਹੋ ਜਾਂ ਫਿਰ ਕਿਸੇ ਵੀ YouTube ਚੈਨਲ ਤੋਂ ਜਿੱਥੇ ਵੀ ਤੁਹਾਨੂੰ ਸਮਝ ਆਉਂਦਾ ਉੱਥੋਂ ਵੀ ਤੁਸੀਂ ਜਿਹੜਾ ਇਸ ਨੂੰ ਕਵਰ ਕਰ ਸਕਦੇ ਹੋ ਠੀਕ ਹੈ ਤੁਸੀਂ ਇੱਕ ਵਾਰੀ ਬੁੱਕਸ ਦੇ ਵਿੱਚੋਂ ਜੇ ਕਰਨਾ ਚਾਹੁੰਦੇ ਹੋ ਤਾਂ ਉੱਥੋਂ ਵੀ ਜਿਹੜਾ ਸਫੀਸ਼ੀਐਂਟ ਰਹੇਗਾ ਆਪਾਂ ਦਾ ਪਾ ਗੱਲ ਕਰ ਲਿਆ ਐਸਐਸਟੀ ਦੀ ਤਾਂ ਹੋ ਗਿਆ ਪੋਪੂਲੇਸ਼ਨ ਹੋ ਗਿਆ ਬਿਲਕੁਲ ਬੇਸਿਕ ਜੇ ਟੌਪਿਕ ਜਿਹੜੇ ਨੇ ਤੁਹਾਨੂੰ ਦਿੱਤੇ ਗਏ ਨੇ ਇਹ ਵੀ ਤੁਸੀਂ ਜਿਹੜੀ ਹੈ 10th ਪਲੱਸ 2 ਲੈਵਲ ਦੀ ਬੁੱਕਸ ਦੇ ਵਿੱਚੋਂ ਕਵਰ ਕਰ ਸਕਦੇ ਹੋ ਜਾਂ ਇਸ ਦੇ ਵਿੱਚੋਂ ਕੁਝ ਟੌਪਿਕ ਨੇ ਜਿਹੜੇ ਕਿ ਬਿਲਕੁਲ 10th ਕਲਾਸ ਦੇ ਬੁੱਕਸ ਦੇ ਵਿੱਚੋਂ ਕਵਰ ਹੋ ਰਹੇ ਨੇ ਜਿਵੇਂ ਕਿ 3rd ਟੌਪਿਕ ਹੈ ਇੰਡੀਅਨ ਫਰੀडम ਸਟਰਗਲ ਠੀਕ ਹੈ ਇਸ ਦੇ ਵੀ 10th ਕਲਾਸ ਦੇ ਵਿੱਚ ਜਿਹੜੇ ਨੇ ਦੋ ਚੈਪਟਰ ਐਦਾਂ ਦੇ ਨੇ ਜਿਸ ਦੇ ਵਿੱਚ ਇਹ ਪੂਰਾ ਟੌਪਿਕ ਕਵਰ ਹੋ ਰਿਹਾ ਠੀਕ ਹੈ 4th ਟੌਪਿਕ ਜਿਹੜਾ ਕਨਸਟੀਟਿਊਸ਼ਨ ਐਂਡ ਇਟਸ ਫੀਚਰਸ ਪਾਰਲੀਮੈਂਟ ਇਹ ਵੀ ਉਸੇ ਲੈਵਲ ਤੇ ਜਿਹੜਾ ਕਵਰ ਹੋ ਜਾਣਗੇ ਠੀਕ ਹੈ ਜੀ ਤੇ ਅੱਗੇ ਗੱਲ ਕਰ ਲਈਏ ਨੈਚੁਰਲ ਸਾਇੰਸ ਦੀ ਨੈਚੁਰਲ ਸਾਇੰਸ ਹੈਗੀ ਹੈ ਜੀ 10th ਟੌਪਿਕ ਨੇ ਇਹਦੇ ਇਹ ਸਾਰੇ ਟੌਪਿਕ ਜਿਹੜੇ ਨੇ ਤੁਹਾਨੂੰ 10th ਕਲਾਸ ਦੀ ਬੁੱਕਸ ਦੇ ਵਿੱਚੋਂ ਹੀ ਮਿਲ ਜਾਣਗੇ ਠੀਕ ਹੈ ਮੈਟਲ ਨੋਨ ਮੈਟਲ ਕਾਰਬਨ ਕੰਪਾਊਂਡ ਲਾਈਟ ਐਂਡ ਸਾਊਂਡ ਇਹ ਸਾਰੇ ਟੌਪਿਕ ਜਿੰਨੇ ਵੀ ਤੁਸੀਂ ਸਕਰੀਨ ਤੇ ਦੇਖ ਪਾ ਰਹੇ ਹੋ ਇਹ ਸਾਰੇ 10th ਕਲਾਸ ਦੀ ਬੁੱਕਸ ਦੇ ਵਿੱਚ ਅਵੇਲੇਬਲ ਹੈਗੇ ਨੇ ਠੀਕ ਹੈ ਤੁਸੀਂ ਉੱਥੋਂ ਇਸ ਦੀ ਤਿਆਰੀ ਜਿਹੜੀ ਹੈ ਬਿਲਕੁਲ ਵਧੀਆ ਤਰੀਕੇ ਨਾਲ ਕਰ ਸਕਦੇ ਹੋ ਬਾਕੀ ਜੇਕਰ ਤੁਹਾਡਾ ਕਿਸੇ ਵੀ ਤਰ੍ਹਾਂ ਦਾ ਕੋਈ ਵੀ ਡਾਊਟ ਕੁਐਸਚਨ ਹੋਵੇ ਤੁਸੀਂ ਕਮੈਂਟ ਸੈਕਸ਼ਨ ਦੇ ਵਿੱਚ ਪੁੱਛ ਲੈਣਾ ਚੈਨਲ ਤੇ ਜਿਹੜੀ ਹੈ ਕੋਸ਼ਿਸ਼ ਹੋਏਗੀ ਕਿ ਤੁਹਾਡੇ ਲਈ ਬਿਲਕੁਲ ਟਾਪ ਦੇ MCQ ਜਿਹੜੇ ਨੇ ਕਵਰ ਕਰਾਏ ਜਾਣ ਇਸ ਸਿਲੇਬਸ ਦੇ ਰਿਲੇਟਡ ਬਾਕੀ ਤੁਸੀਂ ਕਮੈਂਟ ਸੈਕਸ਼ਨ ਦੇ ਵਿੱਚ ਜ਼ਰੂਰ ਦੱਸਣਾ ਕਿ ਤੁਸੀਂ ਤਿਆਰੀ ਕਰਨਾ ਚਾਹੁੰਦੇ ਹੋ ਇਸ ਚੈਨਲ ਤੋਂ ਠੀਕ ਹੈ ਜੀ ਜੁਲਾਈ ਦੇ ਲਾਸਟ ਵੀਕ ਦੇ ਵਿੱਚ ਜਿਹੜਾ ਹੈ ਐਗਜ਼ਾਮ ਹੈ ਕੰਡਕਟ ਕਰਾਇਆ ਜਾਏਗਾ ਪੈਟਰਨ ਮੈਂ ਤੁਹਾਨੂੰ ਦੱਸ ਚੁੱਕਿਆ ਸਿਲੇਬਸ ਵੀ ਆਪਾਂ ਡਿਸਕਸ ਕਰ ਚੁੱਕੇ ਹਾਂ ਐਗਜ਼ਾਮ ਡੇਟ ਵੀ ਡਿਸਕਸ ਹੋ ਚੁੱਕਿਆ ਹੋਣ ਲਈ ਜੀ ਆਨਲਾਈਨ ਰਜਿਸਟ੍ਰੇਸ਼ਨ ਦੀ ਕਿਵੇਂ ਤੁਸੀਂ ਇਜ਼ੀ ਜਿਹੜੀਆਂ ਐਡਮਿਸ਼ਨਸ ਨੇ ਠੀਕ ਹੈ ਉਹ ਜੁਲਾਈ ਦੇ ਵਿੱਚ ਸਟਾਰਟ ਹੋਣ ਵਾਲੀਆਂ ਨੇ ਤੁਸੀਂ ਇਸ ਦੇ ਲਈ ਆਨਲਾਈਨ ਅਪਲਾਈ ਕਰ ਸਕਦੇ ਹੋ ਲਾਸਟ ਡੇਟ ਵੀ ਜੁਲਾਈ ਦੇ ਵਿੱਚ ਹੀ ਰਹੇਗੀ ਤੇ ਜੁਲਾਈ ਦੇ ਵਿੱਚ ਹੀ ਇਸ ਦਾ ਐਗਜ਼ਾਮ ਜਿਹੜਾ ਕੰਡਕਟ ਕਰਾਇਆ ਜਾਏਗਾ ਤੇ ਇਸ ਜਿਹੜੀ ਕਾਉਂਸਲਿੰਗ ਹੋਏਗੀ ਯਾਨੀ ਕਿ ਜਦੋਂ ਮੈਰਿਟ ਬਣਦੀ ਹੈ ਉਸ ਦੇ ਬਿਹਾਫ ਤੇ ਜੇ ਅਪਾ ਗੱਲ ਕਰ ਲਈਏ ਕਾਉਂਸਲਿੰਗ ਪਹਿਲੀ ਕਾਉਂਸਲਿੰਗ ਇਹਦੀ ਆਲਮੋਸਟ ਅਗਸਟ ਦੇ ਵਿੱਚ ਹੋਏਗੀ ਤੇ ਸੈਕੰਡ ਕਾਉਂਸਲਿੰਗ ਜਿਹੜੀ ਆ ਸੈਪਟੰਬਰ ਦੇ ਵਿੱਚ ਤੁਹਾਨੂੰ ਦੇਖਣ ਨੂੰ ਮਿਲੇਗੀ ਠੀਕ ਹੈ 2 ਸਾਲ ਦਾ ਇਹ ਕੋਰਸ ਹੈ ਤੇ ਇਹਦੀ ਐਡਮਿਸ਼ਨ ਅ ਨੈਕਸਟ ਵੀਕ ਤੱਕ ਇੱਕ ਕਾਮਨ ਜਿਹੜਾ ਡਾਊਟ ਬਣਿਆ ਰਹਿੰਦਾ ਸਟੂਡੈਂਟਸ ਦਾ ਕਿ 8TT ਦੇ ਵਿੱਚ ਜਿਹੜੀ ਹੈ ਏਜ ਲਿਮਟ ਕਿੰਨੀ ਰਹੇਗੀ ਤਾਂ ਉਹ ਰਹੇਗੀ ਜੀ 36 ਸਾਲ ਠੀਕ ਹੈ 18 ਤੋਂ 36 ਸਾਲ ਤੱਕ ਦੇ ਜਿਹੜੇ ਸਟੂਡੈਂਟਸ ਨੇ ਅਪਲਾਈ ਕਰ ਸਕਦੇ ਨੇ ਇਸ ਦੇ ਲਈ ਜਿਹੜੀ ਕੈਟਾਗਰੀਆ ਉਹਨਾਂ ਨੂੰ 5 ਸਾਲ ਦੀ ਜਿਹੜੀ ਹੈ ਰਿਲੈਕਸੇਸ਼ਨ ਵੀ ਮਿਲੇਗੀ ਏਜ ਰਿਲੈਕਸੇਸ਼ਨ ओके okay जी ਤਾਂ आई होप ਤੁਹਾਡੇ ਸਾਰੇ ਪ੍ਰਕਾਰ ਦੇ ਡਾਊਟਸ ਨੇ ਕਲੀਅਰ ਹੋ ਗਏ ਹੋਣੇ ਬਿਲਕੁਲ ਸਟੈਪ ਟੂ ਸਟੈਪ ਅਪਾਂ ਨੇ ਡਿਟੇਲ ਵੀਡੀਓ ਜਿਹੜੀ ਤੁਹਾਡੇ ਨਾਲ ਸਾਂਝੀ ਕੀਤੀ ਹੈ ਬਹੁਤ ਨੈਕਸਟ ਵੀਕ ਜਿਹੜੀਆਂ ਨੇ ईटीटी ਦੀ ਐਡਮਿਸ਼ਨਲ ਸਟਾਰਟ ਹੋਣ ਜਾ ਰਹੀਆਂ ਨੇ ਠੀਕ ਹੈ ਜਿਸ ਦੇ ஆன்ਲਾਈਨ ਰਜਿਸਟ੍ਰੇਸ਼ਨ ਸਟਾਰਟ ਹੁੰਦੀ ਹੈ ਆਪਾਂ ਤੁਹਾਨੂੰ ਜਿਹੜਾ ਟੈਲੀਗ੍ਰam ਗਰੁੱਪ ਦੇ ਵਿੱਚ ਜਿਹੜਾ ਹੈ ਇਨਫੋਰਮ ਕਰ ਦੇਵਾਂਗੇ ਜੇਕਰ ਤੁਸੀਂ ਟੈਲੀਗ੍ਰam ਗਰੁੱਪ ਨਾਲ ਨਹੀਂ ਜੁੜੇ ਹੈਗੇ ਤਾਂ ਤੁਹਾਨੂੰ ਲਿੰਕ ਜਿਹੜਾ ਡਿਸਕ੍ਰਿਪਸ਼ਨ ਬਾਕਸ ਦੇ ਵਿੱਚ ਮਿਲ ਜਾਏਗਾ ਟੈਲੀਗ੍ਰam ਗਰੁੱਪ ਨਾਲ ਜ਼ਰੂਰ ਜੁੜੋ ਤੇ ਜੇਕਰ ਤੁਸੀਂ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤੁਹਾਨੂੰ ਸਮੇਂ ਸਿਰ ਮਿਲਦੇ ਰਹਿਣ ਠੀਕ ਹੈ ਵੀਡੀਓ ਜੇਕਰ ਵਧੀਆ ਲੱਗਿਆ ਤਾਂ ਵੀਡੀਓ ਨੂੰ ਵੱਤ ਵਤ ਲਾਈਕ ਸ਼ੇਅਰ ਜਰੂਰ ਕਰਿਓ ਆਪਣੇ ਦੋਸਤਾਂ ਮਿੱਤਰਾਂ ਦੇ ਨਾਲ ਜਿਨ੍ਹਾਂ ਦੇ ਲਈ ਇਹ ਵੀਡੀਓ ਜਿਹੜੀ ਹੈ ਹੈਲਪਫੁਲ ਰਹੇਗੀ ਓਕੇ ਜੀ ਵੀਡੀਓ ਦੇਖਣ ਦੇ ਲਈ ਤੁਹਾਡਾ ਧੰਨਵਾਦ ਥੈਂਕ ਯੂ